ਭੋਰੀ ਵਾਲੇ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਰਜੋਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਅਸੀਂ ਗੱਲ ਕਰਾਂਗੇ ਧਾਮ ਤਲਵੰਡੀ ਖੁਰਦ ਬਾਰੇ। ਧਾਮ ਤਲਵੰਡੀ ਖੁਰਦ ਸ਼੍ਰੀ ਬ੍ਰਹਮ ਸਾਗਰ ਜੀ ਦਾ ਤਪ ਅਸਥਾਨ, ਲੁਧਿਆਣੇ ਤੋਂ 24 ਕਿਲੋਮੀਟਰ ਦੂਰ ਮੁੱਲਾਂਪੁਰ ਸ਼ਹਿਰ ਜਗਰਾਵਾਂ ਰੋਡ ਤੋਂ ਉੱਤਰ ਦਿਸ਼ਾ ਵੱਲ 5 ਕਿਲੋਮੀਟਰ ਦੂਰ ਸਥਿਤ ਹੈ, ਜਿੱਥੇ ਗਰੀਬਦਾਸ ਸੰਪਰਦਾ ਦੇ ਮਹਾਨ ਤਪੱਸਵੀ ਸਵਾਮੀ ਗੰਗਾਨੰਦ ਮਹਾਰਾਜ ਜੀ ਨੇ 19 ਅਗਸਤ 1984 ਨੂੰ ਪੰਜ ਭਾਤਿਕ ਸਰੀਰ ਦਾ ਤਿਆਗ ਕੀਤਾ ਸੀ। ਸਵਾਮੀ ਗੰਗਾਨੰਦ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਸਵਾਮੀ ਸ਼੍ਰੀ ਲਾਲਦਾਸ ਮਹਾਰਾਜ ਜੀ ਦੀ ਆਗਿਆ ਨਾਲ ਜਗਤ ਗੁਰੂ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਪ੍ਰਚਾਰ ਕਰਦੇ ਹੋਏ ਅਨੇਕਾਂ ਪਾਠੀ ਤਿਆਰ ਕੀਤੇ ਅਤੇ ਅਨੇਕਾਂ ਹੀ ਮਨੁੱਖੀ ਜੀਵਨ ਨੂੰ ਉਪਦੇਸ਼ ਦਿੰਦੇ ਹੋਏ ਸਿੱਧੇ ਰਸਤੇ ਪਾਇਆ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਜਾ ਕੇ ਗਰੀਬਦਾਸ ਸੰਪਰਦਾਇ ਦੇ ਪ੍ਰਚਾਰ ਪ੍ਰਸਾਰ ਹਿੱਤ ਭ੍ਰਮਣ ਕੀਤਾ ਅਤੇ ਰਤਨ ਸਾਗਰ, ਨਿਤਨੇਮ ਆਦਿ ਗ੍ਰੰਥ ਛਪਵਾਏ। ਸਵਾਮੀ ਗੰਗਾਨੰਦ ਜੀ ਦੇ ਬ੍ਰਹਮਲੀਨ ਉਪਰੰਤ ਵਰਤਮਾਨ ਗੱਦੀ ਨਸ਼ੀਨ ਸਵਾਮੀ ਸ਼ੰਕਰਾਨੰਦ ਮਹਾਰਾਜ ਜੀ ਨੇ ਸਵਾਮੀ ਗੰਗਾਨੰਦ ਜੀ ਦੇ ਨਕਸ਼ੇ ਕਦਮਾਂ ਉੱਪਰ ਚੱਲਦੇ ਹੋਏ ਦੇਸ਼ਾਂ ਅਤੇ ਵਿਦੇਸ਼ਾਂ ਦੀ ਧਰਤੀ ਉੱਪਰ ਜਿੱਥੇ ਗਰੀਬ ਦਾ ਸੰਪਰਦਾਇ ਦਾ ਪ੍ਰਚਾਰ ਕੀਤਾ, ਉੱਥੇ ਹੀ ਸੰਪੂਰਨ ਸ਼੍ਰੀ ਦਰਬਾਰ ਸਾਹਿਬ ਜੀ, ਦਰਬਾਰ ਸਾਹਿਬ ਜੀ ਦੇ ਹਿੰਦੀ ਵਿੱਚ 2 ਭਾਗ, ਰਤਨ ਸਾਗਰ, ਨਿਤਨੇਮ, ਗਿਆਨਮਾਲਾ, ਕਾਫਰਬੋਧ, ਤੁਕ ਤਤਕਰਾ ਅਨੇਕਾਂ ਗ੍ਰੰਥ ਛਪਵਾਏ। ਇਸ ਤੋਂ ਇਲਾਵਾ ਸਵਾਮੀ ਸ਼ੰਕਰਾਨੰਦ ਜੀ ਵੱਲੋਂ ਅਧਿਆਤਮਕ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਪਾਇਆ ਜਾਣ ਵਾਲਾ ਯੋਗਦਾਨ ਗਰੀਬਦਾਸੀ ਸੰਪਰਦਾਇ ਅਤੇ ਭੂਰੀ ਭੇਖ ਲਈ ਇਤਿਹਾਸਕ ਹੈ। ਅਗਰ ਅਸੀਂ ਗੱਲ ਕਰੀਏ ਸਵਾਮੀ ਸ਼ੰਕਰਾਨੰਦ ਮਹਾਰਾਜ ਜੀ ਵੱਲੋਂ ਸਮਾਜਿਕ ਖੇਤਰ ਵਿੱਚ ਪਾਏ ਜਾਣ ਵਾਲੇ ਯੋਗਦਾਨ ਦੀ, ਸਵਾਮੀ ਸ਼ੰਕਰਾਨੰਦ ਮਹਾਰਾਜ ਜੀ ਦੀ ਅਗਵਾਈ ਵਿੱਚ ਸਵਾਮੀ ਗੰਗਾਨੰਦ ਮਹਾਰਾਜ ਜੀ ਦੀ ਯਾਦ ਵਿੱਚ ਸਵਾਮੀ ਗੰਗਾਨੰਦ ਬਾਲ ਘਰ ਤਲਵੰਡੀ ਧਾਮ ਵਿਖੇ ਚਲਾਇਆ ਜਾਂਦਾ ਹੈ, ਜਿੱਥੇ ਮਾਪਿਆਂ ਦੁਆਰਾ ਧਿਰਕਾਰੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ। ਬੱਚਿਆਂ ਦੇ ਰਹਿਣ ਸਹਿਣ ਲਈ ਵਧੀਆ ਘਰ ਬਣਾਏ ਗਏ ਹਨ। ਹਰ ਬੱਚੇ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਹ ਬਾਲ ਘਰ ਬੱਚੇ ਗੋਦ ਲੈਣ ਅਤੇ ਬੱਚੇ ਗੋਦ ਦੇਣ ਲਈ ਕਾਨੂੰਨੀ ਮਾਨਤਾ ਪ੍ਰਾਪਤ ਹੈ। ਇਸ ਤੋਂ ਇਲਾਵਾ ਦਿਮਾਗੀ ਸੰਤਾਪ ਭੋਗ ਰਹੇ ਬੱਚਿਆਂ ਦੀ ਦੇਖਭਾਲ ਲਈ ਵੀ ਇੱਕ ਵੱਖਰਾ ਵਿੰਗ ਬਣਾਇਆ ਗਿਆ ਹੈ। ਸਵਾਮੀ ਸ਼ੰਕਰਾਨੰਦ ਜੀ ਜਿੱਥੇ ਆਯੁਰਵੈਦਿਕ ਦਵਾਈਆਂ ਵਿੱਚ ਖਾਸ ਮੁਹਾਰਤ ਰੱਖਦੇ ਹਨ, ਉੱਥੇ ਹੀ ਉਹਨਾਂ ਦੀ ਅਗਵਾਈ ਵਿੱਚ ਹੋਮਿਓਪੈਥਿਕ ਅਤੇ ਐਲੋਪੈਥਿਕ ਡਿਸਪੈਂਸਰੀਜ਼ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਹਰ ਲੋੜਵੰਦ ਵਿਅਕਤੀ ਬਿਨਾਂ ਕਿਸੇ ਭੇਦਭਾਵ ਤੋਂ ਦਵਾਈ ਲੈ ਸਕਦਾ ਹੈ। ਹਰ ਸਾਲ ਅੱਖਾਂ ਦੇ ਆਪਰੇਸ਼ਨ ਸੰਬੰਧੀ ਮੁਫਤ ਕੈਂਪ ਲਗਾਏ ਜਾਂਦੇ ਹਨ, ਜਿੱਥੇ ਐਨਕਾਂ ਅਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ। ਸਾਲ ਵਿੱਚ ਵੱਖ ਵੱਖ ਸਮਿਆਂ 'ਤੇ ਕਈ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਸਵਾਮੀ ਸ਼ੰਕਰਾਨੰਦ ਜੀ ਜਿੱਥੇ ਨੌਜਵਾਨ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨ ਲਈ ਕਈ ਖੇਡ ਟੂਰਨਾਮੈਂਟ ਕਰਵਾ ਰਹੇ ਹਨ, ਉੱਥੇ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਮੇਂ ਸਮੇਂ 'ਤੇ ਵਾਤਾਵਰਨ ਸੰਭਾਲ ਸੰਬੰਧੀ ਸੈਮੀਨਾਰਾਂ ਦਾ ਆਯੋਜਨ ਹੀ ਨਹੀਂ ਕਰ ਰਹੇ, ਸਗੋਂ ਵਾਤਾਵਰਨ ਦੀ ਸ਼ੁੱਧਤਾ ਲਈ ਕਈ ਤਰ੍ਹਾਂ ਦੇ ਬੂਟੇ ਵੀ ਲਗਾ ਰਹੇ ਹਨ। ਹਰ ਸਾਲ 28 ਮਈ ਤੋਂ 9 ਜੂਨ ਤੱਕ ਗੰਗੋਤਰੀ ਵਿਖੇ ਦੇਸੀ ਘਿਓ ਦਾ ਭੰਡਾਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗੰਗੋਤਰੀ ਧਾਮ ਵਿਖੇ ਤਪੱਸਿਆ ਕਰਨ ਵਾਲੇ ਤਪੱਸਵੀਆਂ ਲਈ ਹਰ ਸਾਲ ਉਹਨਾਂ ਦੀ ਹਰ ਜ਼ਰੂਰਤ ਦਾ ਸਾਲ ਭਰ ਦਾ ਸਮਾਨ ਭੇਜਿਆ ਜਾਂਦਾ ਹੈ। ਧਾਮ ਤਲਵੰਡੀ ਖੁਰਦ ਵਿਖੇ ਹਰ ਸਾਲ ਸਵਾਮੀ ਸ਼ੰਕਰਾਨੰਦ ਜੀ ਦੀ ਅਗਵਾਈ ਹੇਠ ਮਹਾਰਾਜ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਅਤੇ ਗੁਰੂ ਦੇਵ ਸਵਾਮੀ ਗੰਗਾਨੰਦ ਜੀ ਦੀ ਬਰਸੀ ਮੌਕੇ ਰਹਿਣ ਸਭਾਈ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾਂਦਾ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਵਾਮੀ ਜੀ ਅਤੇ ਉਹਨਾਂ ਦੇ ਪੈਰੋਕਾਰ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਵਾਮੀ ਸ਼ੰਕਰਾਨੰਦ ਮਹਾਰਾਜ ਜੀ ਨੂੰ ਸਮਾਜ ਸੇਵਾ ਅਤੇ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਬਲ ਬਖਸ਼ਦੇ ਰਹਿਣ।